ਰੈਂਟ ਖਾ ਹਾਂਜੀ ਅੱਛਾ ਜੀ ਇਹਨਾਂ ਦਾ ਪਿਤਾ ਜਿਹੜਾ ਸੀ ਮੁੰਡ ਤੋਂ ਦੱਸ ਲਾ ਤੁਹਾਨੂੰ ਦੱਸ ਚੰਦੂ ਖਾਂ ਅੱਛਾ ਉਹਦੇ ਪੁੱਤ ਦੇ ਤਿੰਨ ਇਹ ਰੈਂਟ ਖਾਂ ਨਿਆਉਂਤ ਖਾਂ ਤਾਲੇ ਖਾਂ ਇਹ ਤਿੰਨ ਸੀ ਬਾਲੇ ਉੱਗੇ ਇਹ ਹੀ ਸੀਗੇ ਸਾਡੇ ਪਿੰਡ ਵਿੱਚ ਅੱਧੇ ਪਿੰਡ ਦੇ ਮਾਲਕ ਸੀਗੇ ਨਿਆਣਿਆਂ ਦੇ ਸੀਦ ਮੁਹੰਮਦ ਦੀਨ ਉਮਰਦੀਨ ਇਹੋ ਜਿਹਾ ਸੀਗੇ ਸਾਡੇ ਹਾਂ ਉੱਥੇ ਤਾਂ ਇੱਦਾਂ ਹੀ ਆ ਵੀ ਜਦੋਂ ਉੱਧਰ ਪਾਕਿਸਤਾਨ ਬਣ ਗਿਆ ਉਦੋਂ ਹਿੰਦੂਆਂ ਨੂੰ ਕੱਢਣ ਲੱਗ ਗਏ ਇੱਧਰੋਂ ਹਿੰਦੂਆਂ ਨੇ ਉਹਨਾਂ ਨੂੰ ਕੱਢਣਾ ਸ਼ੁਰੂ ਕਰ ਦਿੱਤਾ ਹਾਂਜੀ ਕਿਸੇ ਨੇ ਪੁੱਛਿਆ ਨਹੀਂ ਮਾਰ ਵੱਢ ਹੋਈ ਫਿਰ ਸਾਲੇ ਉਹ ਥੋੜ੍ਹਾ ਜਿਹਾ ਜਾਣਾ ਪੈ ਗਿਆ ਸੀ ਅਸੀਂ ਕਦੀ ਤਾਂ ਚਲੇ ਜਾਈਦਾ ਸੀ ਅਖਰੇਸ਼ੀ ਹੈ ਕਦੀ ਮੋਗੇ ਚਲੇ ਜਾਣਾ ਉਹ ਤਾਂ ਸਾਨੂੰ ਕੁਛ ਨਹੀਂ ਕਹਿੰਦੇ ਉਹਨਾਂ ਤੋਂ ਡਰਦੇ ਜਾਂਦੇ ਸੀ ਜਿਹੜੇ ਸਾਡੇ ਹਿੰਦੂ ਸੀਗੇ ਕਿਉਂ ਉਹਨਾਂ ਨੂੰ ਜਿਹੜਾ ਜਿਹੜੇ ਕੇਸ ਹੈ ਨਹੀਂ ਉਹ ਤਾਂ ਸਾਰੇ ਉਹਨਾਂ ਨੂੰ ਮੁਸਲਮਾਨ ਹੀ ਸੀਗੇ ਉਹ ਸਾਰਿਆਂ ਨੂੰ ਕੱਟ ਲੈਂਦੇ ਸੀ ਸਭ ਡਰਦੇ ਜਾਈਦਾ ਸੀ ਇੱਥੇ ਮਹਿੰਦੀ ਖਾਂਦਾ ਇੱਥੇ ਮਹਿੰਦੀ ਖਾਂਦਾ ਸੀਗਾ ਆਹ ਘਰ ਮਹਿੰਦੀ ਖਾਂਦਾ ਸੀਗਾ ਨਾ ਹਾਂਜੀ ਇੱਥੇ ਤਾਲੇ ਖਾਂਦਾ ਤਾਲੇ ਖਾਂਦਾ ਅੱਛਾ ਠੀਕ ਆ ਜੀ ਹਾਂਜੀ ਇਹ ਨਿਆਮਤ ਖਾਂਦਾ ਸੀਗਾ ਇਹਨਾਂ ਤਿੰਨਾਂ ਭਰਾਵਾਂ ਦੀ ਸਕੇ ਭਰਾ ਸੀਗੇ ਇਹ ਅੱਛਾ 500 ਕਿੱਲਾ ਜ਼ਮੀਨ ਸੀ ਇਹਨਾਂ ਦੀ ਅੱਛਾ ਜੀ ਮਸਜਿਦ ਆ ਇਹ ਆਵਾਜ਼ ਆ ਨਮਾਜ਼ ਪੜ੍ਹਦੇ ਇੱਥੇ ਆ ਗਏ ਪੜ੍ਹਦੇ ਆ ਨਾ ਜਿਹੜੇ ਗੁੱਜਰ ਜੰਮੂ ਵੱਲ ਤੋਂ ਆਏ ਆ ਠੀਕ ਆ ਲੋਕਲ ਕੋਈ ਮੁਸਲਮਾਨ ਨਹੀਂ ਹੈਗਾ ਇੱਥੇ ਹਾਂਜੀ ਸਤਿ ਸ਼੍ਰੀ ਅਕਾਲ ਸਲਾਮ ਨਮਸਕਾਰ ਮੈਂ ਤੁਹਾਡਾ ਆਪਣਾ ਹਰਜੀਤ ਸਿੰਘ ਜੜਿਆਲਾ ਅਤੇ ਧਰਤੀ ਦੇਸ ਪੰਜਾਬ ਦੀ ਟੀਮ ਬਜ਼ੁਰਗਾਂ ਨੂੰ ਲੱਭਦੇ ਲਵਾਉਂਦੇ ਅਸੀਂ ਅੱਜ ਆਏ ਹਾਂ ਜੀ ਪਿੰਡ ਢੱਡੇ ਸਨੌਰੇ ਅਤੇ ਇਸ ਪਿੰਡ ਜਿਹੜਾ ਜੀ ਢੱਡਾ ਸਨੌਰਾ ਆ ਇਹ 1947 ਤੋਂ ਪਹਿਲਾਂ ਮੁਸਲਮਾਨਾਂ ਦਾ ਵੀ ਪਿੰਡ ਸੀਗਾ ਜਿਹੜਾ 47 ਤੋਂ ਜਦੋਂ ਮੁਸਲਮਾਨ ਉੱਠ ਕੇ ਗਏ ਆ ਸਾਰੇ ਏਰੀਏ ਦੇ ਜਿਹੜੇ ਇਸ ਪਿੰਡ ਆਏ ਸੀਗੇ ਅਤੇ ਇੱਥੇ ਕੈਂਪ ਲੱਗਾ ਸੀਗਾ ਇਸ ਪਿੰਡ ਅਤੇ ਇਹ ਜਿਹੜਾ ਪਿੰਡ ਆ ਜੇ ਇਹਦੀ ਲੋਕੇਸ਼ਨ ਦੀ ਗੱਲ ਕਰੀਏ ਜਦੋਂ ਅਸੀਂ ਜਲੰਧਰ ਤੋਂ ਪਠਾਨਕੋਟ ਤੋਂ ਜਾਂਦੇ ਹਾਂ ਤਾਂ ਭੋਗਪੁਰ ਤੋਂ 3-4 ਕਿਲੋਮੀਟਰ ਦੂਰ ਅੱਗੇ ਇਹ ਪਿੰਡ ਹੈਗਾ ਅਤੇ ਬਜ਼ੁਰਗ ਨੇ ਜੀ ਸਾਡੇ ਨਾਲ ਕਰਦੇ ਹਾਂ ਜੀ ਇਹਨਾਂ ਨਾਲ ਵੀ ਇਤਿਹਾਸ 'ਚੋਂ 47 ਦਾ ਸਾਂਝਾ ਬਜ਼ੁਰਗਾਂ ਦੀ ਕਹਾਣੀ ਇਹਨਾਂ ਦੀ ਜ਼ਬਾਨੀ ਬਾਬਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਅੱਛਾ ਬਾਬਾ ਜੀ ਕੀ ਸ਼ੁਭ ਨਾਮ ਆ ਤੁਹਾਡਾ ਗੁਰਬਚਨ ਦਾਸ ਅਤੇ ਪਿਤਾ ਦਾ ਜੀ ਫਕੀਰ ਚੰਦ ਦਾਦੇ ਦਾ ਹੀ ਪਤਾ ਹਾਂਜੀ ਦੱਸਿਓ ਸਾਹਿਬ ਦਾਸ ਠੀਕ ਆ ਅੱਛਾ ਬਾਬਾ ਜੀ ਇਸ ਪਿੰਡ ਦੇ ਲੋਕਲ ਵਸ਼ਿੰਦੇ ਆ ਪੱਕੇ ਵਸ਼ਿੰਦੇ ਆ ਜੀ ਪੱਕੇ ਵਸ਼ਿੰਦੇ ਆ ਨਾ ਹਾਂਜੀ ਤੇ ਇਹ ਪਿੰਡ ਜਿਹੜਾ ਹੈਗਾ ਢੱਡਾ ਸਨੌਰਾ ਹਨਾ ਇਹਦੇ ਲਾਗੇ ਲਾਗੇ ਪਿੰਡ ਦੱਸਿਓ ਤਾਂ 2-4 ਪਿੰਡ ਦੇ ਲਾਗੇ ਰਾਜਪੁਰ ਬੁਰਜੂਈ ਚਰਣਾ ਟਾਂਡੀ ਲੜੋਆ ਫਿਰ ਮੋਗਾ ਖਰਬਣਾ ਰਸਤਗੋ ਮਾਧੋਪੁਰ ਫਿਰ ਸਾਡਾ ਪਿੰਡ ਇੱਧਰ ਅੱਛਾ ਜੀ ਅਤੇ ਬਾਬਾ ਜਿਹੜਾ 1947 ਤੋਂ ਪਹਿਲਾਂ ਜਿਹੜਾ ਪਿੰਡ ਢਾਡਾ ਆ ਨਾ ਹਾਂਜੀ ਕਿਹੜੀ ਕਿਹੜੀਆਂ ਬਰਾਦਰੀਆਂ ਰਹਿੰਦੀਆਂ ਸੀਗੀਆਂ ਇੱਥੇ 3 ਕੁ ਬਰਾਦਰੀਆਂ ਸੀਗੀਆਂ ਚਲੋ ਅੱਛਾ ਜੀ ਇੱਕ ਵਾਲਮੀਕੀ ਹੈ ਇੱਕ ਅਸੀਂ ਐਸੀ ਆ ਜਿਹੜੇ ਐਸੀ ਹਾਂਜੀ ਹਾਂਜੀ ਅਤੇ ਇੱਕ ਮਿਸਤਰੀਆਂ ਦੇ ਘਰ ਸੀਗੇ ਤਰਖਾਣਾ ਦੇ ਤਰਖਾਣਾ ਦੇ ਅੱਛਾ ਜੀ ਬਸ ਇੰਨੀਆਂ ਹੀ ਸੀ ਤਾਂ ਮੁਸਲਮਾਨਾਂ ਦੇ ਮੁਸਲਮਾਨਾਂ ਦੇ ਕਾਫੀ ਸੀ ਅੱਛਾ ਜੀ ਬਾਕੀ ਮੁਸਲਮਾਨ ਹੀ ਸਾਰੇ ਚੀਰ ਵੀ ਸੀਗੇ ਧੋਬੇ ਸੀਗੇ ਘੁਮਾਰ ਸੀਗੇ ਬਾਕੀ ਸਾਰੀਆਂ ਜਾਤੀਆਂ ਸੀਗੀਆਂ ਛਿੰਬੇ ਸਭ ਜਾਤੀਆਂ ਸੀਗੀਆਂ ਠੀਕ ਆ ਬਾਬਾ ਜੀ ਜਿਹੜਾ ਪਿੰਡ ਦੇ ਲੰਬੜਦਾਰ ਕਿਹੜੇ ਕਿਹੜੇ ਸੀਗੇ ਮਹਿੰਦੀ ਖਾਂ ਰਹਿਮਤ ਖਾਂ ਹਾਂਜੀ ਅੱਛਾ ਜੀ ਇਹਨਾਂ ਦਾ ਪਿਤਾ ਜਿਹੜਾ ਸੀ ਮੁੰਡ ਤੋਂ ਦੱਸ ਲਾ ਤੁਹਾਨੂੰ ਦੱਸ ਚੰਦੂ ਖਾਂ ਅੱਛਾ ਉਹਦੇ ਪੁੱਤ ਸੀਗੇ ਤਿੰਨ ਇਹ ਰਹਿਮਤ ਖਾਂ ਨਿਆਉਂਤ ਖਾਂ ਤਾਲੇ ਖਾਂ
ਇੱਥੇ ਨਹੀਂ ਸੀ, ਬਾਹਲੇ ਉੱਗੇ ਇਹੋ ਹੀ ਸੀਗੇ ਸਾਡੇ ਪਿੰਡ ਵਿੱਚ, ਅੱਧੇ ਪਿੰਡ ਦੇ ਮਾਲਕ ਸੀਗੇ, ਅੱਛਾ ਅੱਧਾ ਪਿੰਡ ਬਾਕੀ ਜਾਂਦਾ ਸੀਗਾ। ਇਹ ਜਿਹੜੇ ਮੁਸਲਮਾਨ ਸੀਗੇ ਜਿਹੜੇ ਨਾਲ ਹੈ ਤੁਸੀਂ ਮਹਿੰਦੀ ਖਾ ਹੁਣੀ, ਰਾਜਪੂਤ ਸੀਗੇ? ਰਾਜਪੂਤ ਹੀ ਸੀਗੇ ਜੀ, ਰਾਜਪੂਤ ਹੀ, ਰਾਜਪੂਤ ਸੀਗੇ ਨਾ। ਤੇ ਇਹ ਜੈਲਦਾਰ ਕਿਹੜੇ ਪਿੰਡ ਦਾ ਸੀਗਾ? ਲੜੋਏ ਦਾ। ਕੀ ਨਾਂ ਸੀ ਉਹਦਾ? ਅਕਸ਼ਰ ਸਿੰਘ। ਅਕਸ਼ਰ ਸਿੰਘ, ਠੀਕ ਆ। ਤੇ ਬਾਬਾ ਜੀ ਪੜ੍ਹੇ ਵੀ ਆ? ਨਹੀਂ। ਹਾਂ ਪੜ੍ਹਿਆ ਨਹੀਂ, ਉਦੋਂ ਕਿਹੜਾ ਇੰਨਾ ਹੀ ਸੀਗੀ ਪੜ੍ਹਾਈ ਵਾਲੀ ਤਾਂ ਗੱਲ ਹੀ ਕੋਈ ਨਹੀਂ ਸੀ, ਇਹ ਤਾਂ ਬਾਅਦ ਹੀ ਤੁਰੀ ਹੈ 47 ਤੋਂ। ਠੀਕ ਆ। ਅੱਛਾ ਬਾਬਾ ਜੀ ਆਪਣੀ ਪਹਿਲਾਂ ਉਮਰ ਦੱਸਿਓ, ਉਮਰ ਕਿੰਨੀ ਆ ਤੁਹਾਡੀ? ਉਮਰ 90 ਦੇ ਲਾਗੇ ਹੋ ਗਈ। 90, ਮੰਨ ਲਓ 14-15 ਸਾਲਾਂ ਦੇ ਸੀ ਉਸ ਵੇਲੇ, ਹੈ ਨਾ, ਤਕੜੇ ਸੀਗੇ, ਹਾਂਜੀ ਪਤਾ ਸਭ ਕੁਝ ਕਿੱਦਾਂ ਉੱਠੇ ਆ। ਹਾਂ ਤੇ ਜਿਹੜੇ ਤੁਹਾਡੇ ਪਿੰਡ ਵਿੱਚ ਹਮ ਉਮਰ ਸੀਗੇ ਮੁਸਲਮਾਨਾਂ ਦੇ ਨਿਆਣੇ, ਹੈ ਨਾ, ਹਾਂਜੀ, ਉਹ ਵੀ ਨਾਂ ਨੂੰ ਪਤਾ ਜਿਹੜੇ ਤੁਹਾਡੇ ਨੇ ਹਮ ਉਮਰ ਸੀ ਖੇਲਦੇ ਖੁੱਲਦੇ ਹੁੰਦੇ ਸੀਗੇ? ਨਿਆਣਿਆਂ ਦੇ ਸੀਦ ਮੁਹੰਮਦ ਦੀਨ, ਉਮਰਦੀਨ, ਇਹੋ ਜਿਹਾ ਸੀਗੇ ਸਾਡੇ। ਹਾਂਜੀ ਹਾਂਜੀ। ਤੇ ਬਾਬਾ ਜੀ ਜਦੋਂ ਪਿੰਡ ਦੇ ਵਿੱਚ ਈਦ ਹੁੰਦੀ ਸੀਗੀ, ਹੈ ਨਾ, ਹਾਂਜੀ, ਜਾਂ ਕੋਈ ਵਿਆਹ ਸ਼ਾਦੀ ਆਉਂਦੀ ਹੁੰਦੀ ਸੀਗੀ, ਇਹ ਆਉਂਦੇ ਹੁੰਦੇ ਸੀ ਮੁਸਲਮਾਨ ਇੱਕ ਦੂਜੇ ਦੇ? ਸਾਡੇ ਨਹੀਂ ਆਉਂਦੇ ਸੀ, ਉਹ ਅਸੀਂ ਚਲੇ ਜਾਈਦਾ ਸੀ ਉਹਨਾਂ ਦੇ। ਅੱਛਾ, ਹਾਂਜੀ, ਈਦ 'ਤੇ ਵੀ? ਹਾਂਜੀ। ਤੇ ਕੋਈ ਵਿਤਕਰਾ ਤਾਂ ਨਹੀਂ ਸੀਗਾ 47 ਤੋਂ ਪਹਿਲਾਂ? ਹਾਂਜੀ। ਕੋਈ ਵਿਤਕਰਾ ਮਜ਼ਹਬੀ ਕੋਈ ਵਿਤਕਰਾ ਤਾਂ ਨਹੀਂ ਸੀਗਾ? ਥੋੜ੍ਹਾ ਹੀ ਸੀ ਸਾਡੇ ਤੋਂ, ਹਾਂ, ਇਸ ਪਿੰਡ ਵਿੱਚ ਥੋੜ੍ਹਾ ਹੀ ਸੀ। ਅੱਛਾ, ਲੰਬੇ ਵਾਲਾ ਸੀਗਾ, ਸਾਡੇ ਪਿੰਡ ਵਿੱਚ ਹੈ ਨਹੀਂ ਸੀ। ਅੱਛਾ, ਇੱਥੇ ਬਿਲਕੁਲ ਭਰਾਚਾਰੇ ਵਾਂਗੂ ਰਹਿੰਦੇ ਸੀ ਜਿਹੜੇ ਵੱਡੇ ਤਕੜੇ ਸੀਗੇ। ਤੇ ਜਿਹੜੇ ਪਿੰਡ ਦੇ ਸੀਗੇ, ਇੱਕ ਤਾਂ ਤੁਸੀਂ ਦੱਸੇ ਲੰਬੜ, ਹੈ ਨਾ, ਹਾਂਜੀ, ਜਿਹੜੇ ਹੋਰ ਵੀ ਇਹਨਾਂ ਦੇ ਐਨ ਰੋਬਦਾਰ ਬੰਦੇ ਸੀਗੇ, ਹਾਂਜੀ, ਉਹ ਉਹਨਾਂ ਦਾ ਵੀ ਨਾਂ ਨੂੰ ਪਤਾ? ਪੀਰ ਮੁਹੰਮਦ। ਅੱਛਾ, ਪੀਰ ਮੁਹੰਮਦ, ਮੁਮਾਰ ਖਲੀ, ਇਹੋ ਜਿਹਾ ਉੱਗੇ ਬੰਦੇ ਸੀ। ਤੇ ਬਾਬਾ ਜੀ ਜਦੋਂ 47 ਆਈ ਆ ਨਾ, ਹਾਂਜੀ, ਇਹ ਉੱਠੇ ਕਿੱਦਾਂ ਫਿਰ ਬੰਦੇ? ਹਾਂਜੀ, ਉੱਠੇ ਕਿੱਦਾਂ? ਉੱਠੇ ਤਾਂ ਇੱਦਾਂ ਹੀ ਆ, ਪਰ ਜਦੋਂ ਉੱਧਰ ਪਾਕਿਸਤਾਨ ਬਣ ਗਿਆ, ਉੱਧਰੋਂ ਹਿੰਦੂਆਂ ਨੂੰ ਕੱਢਣ ਲੱਗ ਗਏ, ਇੱਧਰੋਂ ਹਿੰਦੂਆਂ ਨੇ ਉਹਨਾਂ ਨੂੰ ਕੱਢਣਾ ਸ਼ੁਰੂ ਕਰ ਦਿੱਤਾ। ਹਾਂਜੀ, ਕਿਸੇ ਨੇ ਪੁੱਛਿਆ ਨਹੀਂ, ਮਾਰ ਵੱਢ ਹੋਈ, ਫਿਰ ਉਠਾਲੇ ਉਹ। ਅੱਛਾ, ਫਿਰ ਉੱਠਿਆ ਨਹੀਂ? ਹੁਣ ਦੱਸਦੇ ਆ ਵੀ ਜਿਹੜਾ ਤੁਹਾਡਾ ਪਿੰਡ ਆ, ਇੱਥੇ ਕੈਂਪ ਲੱਗਾ, ਜਿੰਨੇ ਲਾਗਲੇ ਲਾਗਲੇ ਪਿੰਡ ਸਾਰੇ ਇੱਥੇ ਆਏ, ਹੈ ਨਾ, ਮੁਕੇਰੀਆਂ ਤੱਕ। ਅੱਛਾ, ਸਭ ਜੋ ਇਲਾਕਾ ਸੀ, ਹਾਂ, ਸਾਰਾ ਇੱਥੇ ਹੀ ਆਇਆ। ਅੱਛਾ, ਹਾਂਜੀ, ਬਹੁਤ ਵੱਡਾ ਕੈਂਪ ਸੀਗਾ, ਇਹ ਤਿੰਨਾ ਮੀਲਾਂ ਦੇ ਏਰੀਏ ਸੀਗਾ। ਅੱਛਾ ਜੀ, ਕੈਂਪ ਇੱਥੇ, ਹਮਲਾ ਹੁਮਲਾ ਤਾਂ ਨਹੀਂ ਹੋਇਆ ਇੱਥੇ? ਫਿਰ ਹਮਲਾ ਇੱਥੇ ਨਹੀਂ ਹੋਇਆ, ਆਉਂਦੇ ਸੀ ਪਰ ਨਹੀਂ ਹੁੰਦਾ ਸੀ। ਉਹ ਜਿਹੜੇ ਤਕੜੇ ਬੰਦੇ ਸੀ ਨਾ, ਉਹਨਾਂ ਨੇ ਮਿਲਟਰੀ ਵਾਲੇ ਲਿਆ ਕੇ ਨਾ ਉੱਤੇ ਗੰਨਾਂ ਬੀੜੀਆਂ ਸੀਗੀਆਂ ਕੋਠਿਆਂ ਦੇ ਉੱਤੇ, ਉੱਥੋਂ ਦੇਖ ਕੇ ਮੁੜ ਜਾਂਦੇ ਸੀ ਉਹ। ਤੁਹਾਡੇ ਪਿੰਡ ਇੱਥੇ ਕਤਲ ਕੁਤਲ ਤਾਂ ਨਹੀਂ ਹੋਇਆ ਕਿਸੇ ਦਾ? ਕਤਲ ਨਹੀਂ ਹੋਇਆ ਕੋਈ ਵੀ, ਬਚਾਅ ਮਤਲਬ ਸੌਖੇ ਚੱਲ ਗਏ? ਸੌਖੇ ਗਏ ਉਹ, ਬੜੇ ਨਜ਼ਾਰੇ ਨਾਲ ਗਏ ਉਹ। ਤੇ ਜਦੋਂ ਸਾਰੇ ਬਾਬਾ ਜੀ ਮੁਸਲਮਾਨ ਇੱਥੇ ਆ ਗਏ ਤੁਹਾਡੇ ਪਿੰਡ 'ਚ, ਹੈ ਨਾ, ਹਾਂਜੀ, ਤਾਂ ਫਿਰ ਜਿਹੜੇ ਤੁਹਾਡੇ ਪਰਿਵਾਰ ਜਾਂ ਹੋਰ ਸੀਗੇ ਕਾਸਟਾਂ ਸੀਗੀਆਂ ਗੈਰ ਮੁਸਲਿਮ ਜਿਹੜੇ ਸੀਗੇ, ਉਹ ਪਿੰਡੇ ਹੀ ਰਹਿ ਗਏ, ਛੱਡ ਕੇ ਚੱਲ ਗਏ? ਥੋੜ੍ਹਾ ਜਿਹਾ ਜਾਣਾ ਪੈ ਗਿਆ ਸੀ, ਅਸੀਂ ਕਦੀ ਤਾਂ ਚਲੇ ਜਾਈਦਾ ਸੀ ਅਖਰੇਸ਼ੀ ਹੈ, ਕਦੀ ਮੋਗੇ ਚਲੇ ਜਾਣਾ, ਉਹ ਤਾਂ ਸਾਨੂੰ ਕੁਛ ਨਾ ਹੀ ਕਹਿੰਦੇ, ਉਹਨਾਂ ਤੋਂ ਡਰਦੇ ਜਾਂਦੇ ਸੀ ਜਿਹੜੇ ਸਾਡੇ ਹਿੰਦੂ ਸੀਗੇ, ਕਿਉਂ ਉਹਨਾਂ ਨੂੰ ਜਿਹੜਾ ਜਿਹੜੇ ਕੇਸ ਆਏ ਉਹ ਤਾਂ ਸਾਰੇ ਉਹਨਾਂ ਨੂੰ ਮੁਸਲਮਾਨ ਹੀ ਸੀਗੇ, ਉਹ ਸਾਰਿਆਂ ਨੂੰ ਕੱਟ ਦਿੰਦੇ ਸੀ। ਅੱਛਾ, ਤਦ ਡਰਦੇ ਜਾਈਦਾ ਸੀ। ਤੇ ਤੁਹਾਡੇ ਲਾਗੇ ਲਾਗੇ ਕਿਹੜੇ ਕਿਹੜੇ ਪਿੰਡਾਂ ਨੂੰ ਨੁਕਸਾਨ ਹੋਇਆ ਫਿਰ ਮੁਸਲਮਾਨਾਂ ਦਾ? ਬਗਿਆੜੀ ਹੋਇਆ ਜ਼ਿਆਦਾ ਜ਼ਿਆਦਾ, ਉੱਥੇ ਬਹੁਤ ਹਮਲਾ ਪਿਆ, ਉਹ ਤਾਂ ਉੱਠਦੇ ਨਾ ਸੀ, ਉਹਨਾਂ ਨੇ ਅਸਲਾ ਬੜਾ ਬਣਾਇਆ ਸੀ ਬਗਿਆੜੀ ਵਾਲਿਆਂ ਨੇ, ਉਹ ਨਹੀਂ ਉੱਠਦੇ ਸੀਗੇ। ਅੱਛਾ, ਭਾਵੇਂ ਕਿੰਨੇ ਹਮਲੇ ਪੈਣ ਸਾਰੇ ਵੀ ਉਦੋਂ ਭੁੰਨ ਦਿੰਦੇ ਸੀ ਸਾਰਿਆਂ ਨੇ, ਉੱਥੇ ਮਿਲਟਰੀ ਪਈ ਸੀ ਨਾਲ, ਤਾਂ ਫਿਰ ਉਠਾ ਲਿਆ ਸੀ ਉਹ ਪਿੰਡ, ਫਿਰ ਵੱਢ ਟੁੱਕ ਹੋਈ,
ਫਿਰ ਆਏ ਉੱਠ ਕੇ ਉਹ। ਅੱਛਾ ਬਾਬਾ ਜੀ, ਜਿਹੜੇ ਹੁਣ ਜਦੋਂ ਇੱਥੋਂ ਚੱਲ ਗਏ ਹੈ ਨਾ, ਟ੍ਰੇਨ 'ਚ ਗਏ ਕਿ ਗੱਡੀਆਂ 'ਤੇ ਗਏ? ਟ੍ਰੇਨ 'ਚ ਇੱਦਾਂ ਹੀ ਤੁਰਿਆ ਹੀ ਕਾਫਲਾ ਗਿਆ ਫਿਰ। ਅੱਛਾ, ਤੁਰਿਆ ਹੀ ਕਾਫਲਾ? ਆਹ, ਕਾਫਲਾ ਤੁਰਿਆ ਜੀ। ਅੱਗਿਓਂ ਜਾ ਕੇ ਤਾਂ ਉਹਨਾਂ ਨੂੰ ਪਤਾ ਕਾਹਦੇ 'ਚ ਬਹਿ ਕੇ ਗਏ ਆ। ਮਤਲਬ ਇੱਥੋਂ ਗੱਡੀਆਂ ਗੁੱਡੀਆਂ 'ਤੇ ਤੁਰ ਕੇ ਗਏ ਆ? ਗੱਡੀਆਂ ਗੁੱਡੀਆਂ 'ਤੇ। ਠੀਕ ਆ, ਤੇ ਜਿਹੜੇ ਉਹਨਾਂ ਦੇ ਬਾਬਾ ਜੀ ਘਰ ਸੀਗੇ, ਜਦੋਂ ਉਹ ਭਰੇ ਆਪਣੇ ਘਰ ਛੱਡ ਕੇ ਗਏ, ਕਿਹੜਾ ਕੁਝ ਲੈ ਕੇ ਗਏ ਆ? ਹਾਂਜੀ, ਤੇ ਉਹ ਘਰ ਫਿਰ ਸਮਾਨ ਕੌਣ ਲੈ ਕੇ ਗਿਆ? ਲੋਕਾਂ ਨੇ ਲੁੱਟ ਲਿਆ ਮਗਰੋਂ ਉਹ ਨਿਕਲ ਗਏ। ਲਾਗੇ ਲਾਗੇ ਦੇ ਪਿੰਡਾਂ ਨੇ ਲੁੱਟ ਲਿਆ, ਉਹ ਕੱਢ ਕੇ ਲੈ ਗਏ ਜੋ ਉਹਨਾਂ ਦੇ ਭਾਂਡਾ ਸੀਗਾ, ਜੋ ਕੁਝ ਬਰਤਨ ਸੀਗੇ ਸਭ ਕੁਝ ਲੈ ਗਏ ਕੱਢ ਕੇ। ਤੇ ਕੋਈ ਮੁੜ ਕੇ ਵੀ ਆਇਆ ਆਪਣਾ ਪਿੰਡ ਦੇਖਣ? ਇੱਕ ਆਇਆ ਸੀਗਾ ਪੀਰ ਮੁਹੰਮਦ ਦਾ ਮੁੰਡਾ। ਅੱਛਾ, ਉਹਦਾ ਨਾਂ ਤਾਂ ਨਵੇਂ ਨਹੀਂ ਯਾਦ ਰਿਹਾ। ਉਹ ਆਇਆ ਸੀਗਾ। ਤੇ ਜੇ ਬਾਬਾ ਜੀ ਕੋਈ ਪਿੰਡ, ਜਿਹੜੇ ਤੁਹਾਡੇ ਪਿੰਡ ਦਾ ਵਾਸਨੀਕ ਆ, ਸ਼ਾਇਦ ਤੁਹਾਡੀ ਉਮਰ ਦਾ ਕੋਈ ਹੋਵੇ ਨਾ, ਤੇ ਜੇ ਆਪਣਾ ਪਿੰਡ ਦੇਖਣਾ ਚਾਹਵੇ ਵੀ ਮੈਂ ਆਪਣਾ ਪਿੰਡ ਦੇਖਣਾ, ਤਾਂ ਕੀ ਸੁਨੇਹਾ ਦਊਂਗੇ ਉਹਨੂੰ? ਮਿਲੇਗਾ, ਆ ਕੇ ਦੱਸਾਂਗੇ। ਅੱਛਾ, ਆਓ ਭਗਤ ਕਰੂੰਗੇ? ਹਾਂਜੀ, ਕਰਾਂਗੇ। ਠੀਕ ਆ, ਤੇ ਬਾਬਾ ਜੀ ਉਹਨਾਂ ਦੀਆਂ ਜਿਹੜੀਆਂ ਯਾਦਗਾਰਾਂ ਆ ਨਾ ਪਿੰਡ 'ਚ ਹੈਗੀਆਂ? ਹਜੇ ਪਿੰਡ 'ਚ ਯਾਦਗਾਰਾਂ ਹੈਗੀਆਂ ਹੀ ਆ। ਉਹ ਮਸੀਤ ਆ ਉਹਨਾਂ ਦੀ। ਅੱਛਾ ਜੀ, ਬਾਕੀ ਉਹ ਹਾਜੀ ਸ਼ਾਹ ਦਾ ਨਾਲ ਹੈਗਾ ਦਰਬਾਰ, ਉਹਦਾ ਦਰਬਾਰ ਉਹ ਵੀ ਹੈਗਾ ਜੀ। ਹਾਂ, ਟੱਡਿਆਂ ਦਾ ਤਖੀਆ ਸੀ। ਅੱਛਾ, ਉਹ ਵੀ ਹੈਗਾ ਨਾ? ਉਹ ਵੀ ਹੈਗਾ, ਪਰ ਥੋੜ੍ਹਾ ਹੀ ਰਹਿ ਗਿਆ, ਉਹ ਤਾਂ ਢਾਹ ਢੂਹ ਦਿੱਤਾ ਇਹਨਾਂ ਲੋਕਾਂ ਨੇ। ਅੱਛਾ, ਜਿਹੜੇ ਤੁਸੀਂ ਨਾਂ ਦੱਸਿਆ ਮਹਿੰਦੀ ਸ਼ਾਹ ਹੁਣੀ ਜਿਹੜੇ ਸੀਗੇ ਨਾ, ਉਹਨਾਂ ਦੇ ਘਰ ਪਤਾ ਕਿੱਥੇ ਸੀਗੇ? ਉਹਨਾਂ ਦੇ ਘਰ ਇੱਥੇ ਸੀਗੇ, ਇੱਥੇ ਕਰਕੇ। ਅੱਛਾ ਜੀ, ਉਹ ਪਿੰਡ 'ਚ ਹੀ ਸੀਗੇ, ਉਹ ਜਿਹੜੇ ਵੱਡੇ ਸੀਗੇ ਉਹਨਾਂ ਦੇ ਘਰ ਨਾਲ ਹੀ ਸੀਗੇ ਪਰੇ। ਉੱਥੇ ਰਹਿੰਦਾ ਹੁਣ ਜੀਤ ਮਾਸਟਰ ਰਹਿੰਦਾ, ਹੁਣ ਲੈ ਲਿਆ ਸੀ ਮਗਰੋਂ ਇੱਕ ਗੁਰਬਚਨ ਸਿੰਘ ਮਿਸਤਰੀ ਨੇ ਲੈ ਲਿਆ ਸੀ। ਅਤੇ ਚਲੋ ਠੀਕ ਆ ਜੀ, ਅਤੇ ਬਜ਼ੁਰਗਾਂ ਨੂੰ ਨਾਲ ਲੈ ਕੇ ਲਿਜਾਂਦੇ ਆ, ਅਤੇ ਨਾਲੇ ਜਿਹੜੀ ਮਸੀਤ ਆ ਅਤੇ ਜਿਹੜੀ ਦਰਗਾਹ ਆ ਉਹਦੀ ਪਿੰਡ ਦੇ ਵਿੱਚ ਜਿਹੜੀ ਆ ਉਹਦੇ ਦਰਸ਼ਨ ਕਰਾਉਂਦੇ ਹਾਂ, ਅਤੇ ਨਾਲੇ ਹੀ ਜਿਹੜੇ ਬਾਬੇ ਉਹਨਾਂ ਨੇ ਘਰ ਦੱਸੇ ਨੇ ਜਿਹੜੇ ਇੱਥੇ ਦੇ ਮੁਸਲਮਾਨਾਂ ਦੇ ਘਰ ਸੀਗੇ, ਅਤੇ ਨਾਲੇ ਉਹਨਾਂ ਬਾਰੇ ਤੁਹਾਨੂੰ ਦੱਸਦੇ ਹਾਂ ਜੀ। ਹਾਂਜੀ, ਇੱਥੇ ਮਹਿੰਦੀ ਖਾਂ ਦਾ, ਇੱਥੇ ਮਹਿੰਦੀ ਖਾਂ ਦਾ ਸੀਗਾ, ਆਹ ਘਰ ਮਹਿੰਦੀ ਖਾਂ ਦਾ ਸੀਗਾ ਨਾ? ਬਾਅਦ 'ਚ ਬਣੇ ਧਾਰ ਟੁੱਕ ਕੇ ਉਹਨਾਂ ਨੇ ਹੋਰ ਬਣਾਏ ਆ। ਅੱਛਾ, ਅਤੇ ਉਹ ਪੜ੍ਹ ਲਏ ਬੰਨੇ? ਇੱਧਰ ਸੀਗਾ ਰਹਿਮਤ ਖਾਂ ਦਾ। ਅੱਛਾ ਜੀ, ਅੱਗੇ ਚਲੋ ਹੁਣ। ਅੱਛਾ, ਆਹ ਰਹਿਮਤ ਖਾਂ ਦਾ ਕਿੱਥੇ ਘਰ ਸੀਗਾ? ਹਾਂਜੀ, ਰਹਿਮਤ ਖਾਂ ਦਾ ਕਿਹੜਾ ਸੀਗਾ? ਅੱਗੇ ਹੀ ਆ ਨਾ। ਹਾਂਜੀ ਬੋਲੋ। ਹਾਂਜੀ, ਇੱਥੇ ਤਾਲੇ ਖਾਂ ਦਾ। ਕਾਲੇ ਖਾਂ ਦਾ? ਤਾਲੇ ਖਾਂ ਦਾ। ਅੱਛਾ ਠੀਕ ਆ ਜੀ, ਇਹ ਆ ਜੀ ਕਾਲੇ ਖਾਂ ਦਾ ਘਰ, ਅਤੇ ਜਿਹੜਾ ਹਜੇ ਵੀ ਜਿਹੜੀ ਆ ਉਹ ਪੁਰਾਣੀ ਇਮਾਰਤ ਹੀ ਆ ਨਾ। ਹਾਂਜੀ, ਅੱਛਾ ਠੀਕ ਆ ਜੀ। ਹਾਂਜੀ, ਇਹ ਨਿਆਮਤ ਖਾਂ ਦਾ ਸੀਗਾ। ਹਾਂ, ਡਾਟਾਂ ਜਿਹੜੀਆਂ ਪੁਰਾਣੀਆਂ ਹੀ ਆ ਨਾ, ਡਾਟਾਂ ਪੁਰਾਣੀਆਂ ਹੀ ਆ ਇਹ ਸਾਰੇ ਮਕਾਨ, ਇਹ ਪੁਰਾਣੇ ਹੀ ਆ ਮਕਾਨ ਸਾਰੇ ਉਹਨਾਂ ਦੇ ਹੈ ਨਾ? ਅੱਛਾ, ਬਾਅਦ 'ਚ ਢਾ ਕੇ ਬਣਾਏ ਆ। ਠੀਕ ਆ ਜੀ, ਠੀਕ ਆ ਜੀ। ਇਹ ਕਿਹਦਾ ਬਾਪੂ, ਕਿਹਦਾ ਘਰ ਸੀਗਾ? ਕਾਲੇ ਖਾਂ ਦਾ? ਕਾਲੇ ਖਾਂ ਦਾ, ਕਾਲੇ ਖਾਂ ਦਾ ਘਰ ਸੀਗਾ ਨਾ ਇਹ? ਠੀਕ ਆ ਜੀ। ਇਹਨਾਂ ਤਿੰਨਾਂ ਭਰਾਵਾਂ ਦੀ, ਸਗੇ ਭਰਾ ਸੀਗੇ ਇਹ? ਸਗੇ ਭਰਾ। ਅੱਛਾ, 500 ਕਿੱਲਾ ਜ਼ਮੀਨ ਸੀ ਇਹਨਾਂ ਦੀ, ਚੰਡੂ ਖਾਂ ਦੇ। ਅੱਛਾ ਜੀ, ਹਾਂਜੀ ਠੀਕ ਆ। ਅਤੇ ਇਹ ਆ ਜੀ ਪਿੰਡ ਦੇ ਵਿਚਕਾਰ ਬੋੜਾਂ ਦੇ ਦਰਖਤ ਜਿਹੜੇ 47 ਤੋਂ ਪਹਿਲਾਂ ਦੇ ਆ, ਅਤੇ ਨਾਲ ਮਸੀਤ ਅਤੇ ਨਾਲ ਦਰਗਾਹ ਆ ਨਾ। ਹਾਂਜੀ ਬਾਬਾ ਜੀ, ਹਾਂਜੀ ਬਾਬਾ ਜੀ, ਇਹ ਜਿਹੜੇ ਬੋੜਾਂ ਦੇ ਦਰਖਤ ਆ ਇਹ ਪੁਰਾਣੇ ਆ ਸਾਰੇ? ਇਹ ਪੁਰਾਣੇ ਆ ਜੀ ਸਾਰੇ, 47 ਤੋਂ ਪਹਿਲਾਂ ਦੇ ਹੀ ਆ ਨਾ। ਤੇ ਉਹ ਸਾਹਮਣੇ ਮਸੀਤ ਆ? ਸਾਹਮਣੇ ਮਸੀਤ ਆ। ਚਲੋ ਤਾਂ ਜੀ।
ਦਿਖਾਓ ਤਾਂ ਅੰਦਰ ਜਾ ਕੇ। ਇੱਥੇ ਖੂਹ ਸੀਗੀ ਮਸੀਦ ਦੀ। ਅੱਛਾ ਮਸੀਦ ਦੇ ਸਾਹਮਣੇ ਇੱਥੇ ਹੈ ਨਾ। ਅੱਛਾ ਇਹ ਇੱਕੋ ਹੀ ਸੀਗਾ ਖੂਹ ਇੱਥੇ? ਹਾਂਜੀ ਇੱਕੋ ਹੀ ਸੀਗਾ। ਮਸੀਦ ਦੇ ਮੂਹਰੇ ਹੈ ਨਾ? ਠੀਕ ਆ ਜੀ। ਤੇ ਇਹ ਆ ਜੀ ਮਸੀਦ, ਸਾਰੇ ਬੰਨੇ ਖੁੱਲ੍ਹੇ ਜੀ, ਐਨ ਸਾਫ ਸਫਾਈ ਹੈਗਾ ਨਾ। ਅਤੇ ਨਾਲ ਆ ਜੀ ਦਰਬਾਰ ਬਾਬਾ ਹਾਜੀ ਸ਼ਾਹ ਜੀ ਢੱਡਾ ਸਨੋਰਾ, ਅਤੇ ਇਹ ਲਿਖਿਆ ਜੀ ਫਰੀਦਾ ਬੁਲਬੁਲਾ ਪਾਣੀ ਦਾ, ਇਹ ਤੇਰੀ ਔਕਾਤ ਜਿਸ ਘਰ ਵਿੱਚ ਮੌਜਾਂ ਮਾਣੀਆਂ ਰਹਿਣ ਨਹੀਂ ਦਿੰਦੇ ਰਾਤ। ਅਤੇ ਆ ਜੀ ਰੰਗ ਰੋਗਨ ਕਰਕੇ ਐਨ ਚੰਗੀ ਤਰ੍ਹਾਂ ਰੱਖੀ ਆ। ਹਾਂਜੀ ਉਹ ਵੀ ਬਾਅਦ ਚ ਬਣੀ ਆ। ਅੱਛਾ 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 ਬਾਬਾ ਜਿਹੜੀ ਆ ਮਸੀਤ ਆ ਇਹ ਆਵਾਜ਼ ਆ, ਨਮਾਜ਼ ਪੜ੍ਹਦੇ ਇੱਥੇ ਆ ਕੇ? ਪੜ੍ਹਦੇ ਆ ਨਾ ਜਿਹੜੇ ਗੁਜਰ ਜੰਮੂ ਵੱਲ ਤੋਂ ਆਏ ਆ? ਠੀਕ ਆ। ਲੋਕਲ ਕੋਈ ਮੁਸਲਮਾਨ ਨਹੀਂ ਹੈਗਾ ਇੱਥੇ? ਠੀਕ ਆ ਠੀਕ ਆ ਜੀ। ਅਤੇ ਜੀ ਬਜ਼ੁਰਗਾਂ ਦੇ ਦੱਸਣ ਮੁਤਾਬਕ ਮਸੀਤ ਆਵਾਜ਼ ਆ, ਤਾਂ ਜਿਹੜੇ ਜੰਮੂ ਤੋਂ ਗੁੱਜਰ ਭਾਈਚਾਰਾ ਇੱਥੇ ਆਇਆ ਅਤੇ ਉਹ ਆ ਕੇ ਇੱਥੇ ਆਪਣੀ ਇਬਾਦਤ ਕਰਦਾ। ਅਤੇ ਪੁਰਾਣੇ ਮਾਡਲ ਦੀ ਬਣੀ ਹੋਈ ਮਸੀਤ, ਅਤੇ ਉਹ ਸਾਹਮਣੇ ਦਰਬਾਰ ਬਣਿਆ ਹੋਇਆ ਜੀ। ਅਤੇ ਆ ਜੀ ਮਸੀਤ ਦਾ ਪਿਛਲਾ ਬੰਨਾ, ਅੱਛਾ ਬਾਬੇ ਮੈਨੂੰ ਚੇਤਾ ਭੁੱਲ ਗਿਆ, ਤੁਹਾਡੇ ਬਜ਼ੁਰਗ ਕਾਹਦਾ ਕੰਮ ਕਰਦੇ ਹੁੰਦੇ ਸੀਗੇ? ਖੱਡੀ ਬੁਣਨੇ ਦਾ, ਕੱਪੜੇ ਦਾ। ਕੱਪੜੇ ਦਾ ਕੰਮ ਕਰਦੇ ਸੀਗੇ ਨਾ? ਹਾਂਜੀ ਠੀਕ ਆ। ਤੁਹਾਡੇ ਕੋਲ ਬਣਾਉਂਦੇ ਹੁੰਦੇ ਸੀ ਸਾਰੇ ਆ ਕੇ? ਹਾਂਜੀ ਜਿਹੜੇ ਪਿੰਡ ਵਾਲੇ ਸਭ ਤੋਂ ਬਣਾਉਂਦੇ ਸੀ ਸਾਰੇ। ਠੀਕ ਠੀਕ ਆ। ਅੱਛਾ ਦਰਗਾਹ ਬਾਰੇ ਦੱਸਿਓ ਤਾਂ। ਦਰਗਾਹ ਪਹਿਲਾਂ ਤਾਂ ਇੱਦਾਂ ਹੀ ਸੀ, ਉਦੋਂ ਜਦੋਂ ਗਏ ਉਹ ਛੋਟੀ ਸੀਗੀ ਹੈ ਨਾ? ਛੋਟੀ ਸੀ ਹਾਂ। ਇੱਕ ਰਮੇਸ਼ ਪੰਡ ਤੋਂ ਆ, ਹਾਂ ਉਹਨੇ ਇਹ ਬਣਾਈ ਆ ਫਿਰ। ਅੱਛਾ ਜੀ ਲਾਏ ਪੈਸੇ ਉੱਥੇ। ਠੀਕ ਆ। ਹੁਣ ਬਹੁਤ ਸੁੰਦਰ ਬਣਾ ਸੀ। ਅੱਛਾ ਮੇਲਾ ਮੂਲਾ ਵੀ ਲੱਗਦਾ? ਮੇਲਾ ਲੱਗਦਾ। ਠੀਕ। ਅੱਛਾ ਬਾਬੇ 47 ਤੋਂ ਪਹਿਲਾਂ ਵੀ ਇੱਥੇ ਮੇਲਾ ਲੱਗਦਾ ਹੁੰਦਾ ਸੀਗਾ? ਲੱਗਦਾ ਸੀ ਪਹਿਲਾਂ ਵੀ ਲੱਗਦਾ ਸੀਗਾ ਨਾ, ਪਰ ਪਹਿਲਾਂ ਦਰਗਾਹ ਛੋਟੀ ਸੀ ਤਾਂ ਹੁਣ ਵੱਡੀ ਬਣਾਤੀ ਆ ਨਾ। ਅਤੇ ਆਹ ਨਾਲ ਜੀ ਦਰਗਾਹ, ਨਾਲ ਜਿਹੜੀ ਆ ਜੀ ਇੱਥੇ ਮਸੀਤ ਆ, ਅਤੇ ਨਾਲ ਹੀ ਉਹ ਪਰੇ ਗੁਰਦੁਆਰਾ ਸਾਹਿਬ ਆ, ਇੱਕ ਜਿਹੜੀ ਪਿੰਡ ਜਿਹੜਾ ਸਰਬ ਸਾਂਝੀ ਵਾਲਤਾ ਦਾ ਪ੍ਰਤੀਕ ਆ ਅਤੇ ਸੁਨੇਹਾ ਦਿੰਦਾ। ਇਹ ਆ ਜੀ ਮਹਿਰਾਮ ਪਿਛਲਾ। ਅਤੇ ਨਾਲ ਸਾਡੇ ਭਾਅ ਜੀ ਹੁਣਾਂ ਨੇ, ਭਾਅ ਜੀ ਹੁਣੀ ਆ ਜੀ, ਅਤੇ ਸਾਡੇ ਸਬਸਕ੍ਰਾਈਬਰ ਵੀ ਨੇ, ਅਤੇ ਸਾਨੂੰ ਇਹਨਾਂ ਨੇ ਸਪੈਸ਼ਲ ਪਿੰਡ ਸੱਦੇ ਆ ਵੀ ਸਾਡੇ ਪਿੰਡ ਵੀ ਜਿਹੜੇ ਮੁਸਲਮਾਨਾਂ ਦਾ ਕਾਫੀ ਇਤਿਹਾਸ ਅਤੇ ਉਹਨਾਂ ਦੀਆਂ ਯਾਦਗਾਰਾਂ ਸਾਂਭੀਆਂ ਹੋਈਆਂ ਨੇ, ਅਤੇ ਇਹਨਾਂ ਨਾਲ ਵੀ ਗੱਲ ਕਰਦੇ ਹਾਂ। ਭਾਅ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਭਾਅ ਜੀ ਦੱਸੋ ਜੀ। ਹਾਂਜੀ ਮੈਂ ਇਹਦੇ ਬਾਰੇ ਇਹ ਜਾਣਕਾਰੀ ਦੇਣਾ ਚਾਹੁੰਦਾ ਕਿ ਮੈਂ ਸਾਬਕਾ ਸੈਨਿਕ ਹੈਗਾ ਅਤੇ ਭਾਰਤੀ ਸੈਨਾ ਚੋਂ ਮੈਂ ਰਿਟਾਇਰ ਹੋਇਆ। ਰਿਟਾਇਰ ਹੋਣ ਤੋਂ ਬਾਅਦ ਜਿਹੜੇ ਸਾਡੇ ਬਜ਼ੁਰਗ ਸੀ ਉਹ ਸਾਨੂੰ ਦੱਸਦੇ ਹੁੰਦੇ ਸੀਗੇ ਕਿ ਉਹ 100 ਚੱਕ ਚੋਂ ਆਏ ਸੀ ਪਾਕਿਸਤਾਨ ਚੋਂ। ਅੱਛਾ ਜੀ। 100 ਚੱਕ ਤੋਂ ਇੱਥੇ ਆਏ ਸੀ। ਉਹਨਾਂ ਦੇ ਸਾਡੇ ਦਾਦਾ ਜੀ ਸਾਡੇ ਬਜ਼ੁਰਗਾਂ ਨੇ ਸਾਨੂੰ ਦੱਸਿਆ ਸੀਗਾ ਕਿ ਇੱਥੇ 2 ਛੋਟੇ ਛੋਟੇ ਹੁੰਦੇ ਸੀ ਅਤੇ ਆਹ ਇੱਥੇ ਕਬਰਾਂ ਹੁੰਦੀਆਂ ਸੀਗੀਆਂ। ਅੱਛਾ ਜੀ। ਵਿੱਚ ਇੱਥੇ ਕਬਰਾਂ ਜਿਹੜੀਆਂ ਹੁੰਦੀਆਂ ਸੀ ਉਹਨਾਂ ਦੀ ਇਹ ਵੀ ਦੱਸਦੇ ਹੁੰਦੇ ਸੀਗੇ ਪੁਰਾਣੇ ਬਜ਼ੁਰਗ ਕਿ ਇੱਥੇ ਹਰ ਸਾਲ ਹਾਰ ਦੇ ਮਹੀਨੇ ਮੇਲਾ ਲੱਗਦਾ ਸੀ ਅਤੇ ਸਾਡੇ ਪਿੰਡ ਦੇ ਸਾਰੇ ਲੋਕ ਜਿਹੜੇ ਜਿੰਨੇ ਵੀ ਹੈਗੇ ਆ ਇਹਨਾਂ ਪੀਰਾਂ ਨੂੰ ਵੀ ਬਹੁਤ ਮੰਨਤਾ ਕਰਦੇ ਆ। ਵੀਰਵਾਰ ਨੂੰ ਇੱਥੇ ਇੱਕ ਮੇਲੇ ਦੀ ਤਰ੍ਹਾਂ ਪੂਰੀ ਪੂਰੀ ਇੱਥੇ ਰੌਣਕ ਲੱਗਦੀ ਆ ਅਤੇ ਸਾਰਾ ਪਿੰਡ ਇੱਥੇ ਆ ਕੇ
ਆਪਣੇ ਮੰਨਤਾਂ ਜੋ ਵੀ ਹੈਗਾ ਆ ਆਪਣੀ ਮੰਨਤਾਂ ਮੰਗਦਾ ਅਤੇ ਇਹ ਵੀ ਦੱਸਿਆ ਜਾਂਦਾ ਕਿ ਇੱਥੇ ਉਹਨਾਂ ਜੋ ਮੰਨਤ ਮੰਗੀ ਜਾਂਦੀ ਆ ਉਹ ਉਹਨਾਂ ਦੀ ਪੂਰੀ ਪੂਰੀ ਹੁੰਦੀ ਆ ਅਤੇ ਇੱਥੇ ਸਾਡੇ ਪਿੰਡ ਦੇ ਵਿੱਚ ਜਿਹੜੀ ਇਹਨਾਂ ਦੀ ਸਾਂਭ ਸੰਭਾਲ ਹੈ ਉਹ ਸਾਡੇ ਪਿੰਡ ਦੇ ਜਿੱਦਾਂ ਜਿੱਦਾਂ ਸਮੇਂ ਦੇ ਅਨੁਸਾਰ ਜੋ ਵੀ ਇੱਥੇ ਮੌਤਬਰ ਸੀਗੇ ਪਿੰਡ ਦੇ ਵਸਨੀਕ ਉਹਨਾਂ ਨੇ ਕੀਤੀ ਆ ਅਤੇ ਜ਼ਿਆਦਾਤਰ ਕੀ ਆ ਕਿ ਇੱਥੇ ਸਾਡੇ ਪਿੰਡ ਦੇ ਵਿੱਚ ਇੱਕ ਹੁਣ NRA ਪਰਿਵਾਰ ਆ ਉਹ ਸਾਡੇ ਬ੍ਰਾਹਮਣਾਂ ਦਾ ਸੀਗਾ ਅਤੇ ਉਹਨਾਂ ਦਾ ਨਾਂ ਸੀ ਕੁਲਵਿੰਦਰ ਕੁਮਾਰ ਦੱਤਾ ਜੀ ਉਹ ਦੋ ਭਰਾ ਸੀ ਨਾਲ ਉਹਨਾਂ ਦੇ ਮਹੇਸ਼ ਚੰਦਰ ਸੀ ਉਹ ਦੋਨੋਂ ਇਹ ਦੋਨੋਂ ਡਾਕਖਾਨੇ 'ਚੋਂ ਰਿਟਾਇਰ ਹੋਏ ਆ ਵੱਡੇ ਲੈਵਲ 'ਤੇ ਰਿਟਾਇਰ ਹੋਏ ਸੀਗੇ ਸੁਪਰਡੈਂਟ ਸਾਹਿਬ ਵੀ ਬਣੇ ਸੀ ਅਤੇ ਉਹਨਾਂ ਨੇ ਇਹਦੇ ਬਾਰੇ ਬਹੁਤ ਜ਼ਿਆਦਾ ਜਾਣਕਾਰੀ ਮਤਲਬ ਦਿੱਤੀ ਪਿੰਡ ਦੇ ਬਾਰੇ ਪਿੰਡ ਦੇ ਲੋਕਾਂ ਨੂੰ ਆਮ ਲੋਕਾਂ ਨੂੰ ਵੀ ਅਤੇ ਇੱਥੇ ਸਾਹਮਣੇ ਸਾਡੇ ਬੱਸੀ ਪਰਿਵਾਰ ਹੁੰਦਾ ਸੀ ਬਾਂਸੀ ਲਾਲ ਜੀ ਦਾ ਉਹਨਾਂ ਦੀ ਮਿਹਨਤ ਕਰਕੇ ਕਿਰਪਾ ਦ੍ਰਿਸ਼ਟੀ ਨਾਲ ਇਸ ਅਤੇ ਕੁਛ NRA ਵੀਰਾਂ ਦੀ ਸਹਿਯੋਗ ਨਾਲ ਇੱਥੇ ਅੱਜ ਦੇਖੋ ਜਿਹੜੀ ਤੁਸੀਂ ਅੱਜ ਦੇਖ ਰਹੇ ਹਾਂ ਸਾਡੇ ਪੀਰਾਂ ਦੀ ਪੀਰ ਬਾਬਾ ਹਾਜੀ ਸ਼ਾਹ ਦੇ ਨਾਂ 'ਤੇ ਇੱਥੇ ਬਹੁਤ ਮਸ਼ਹੂਰ ਜਗ੍ਹਾ ਆ ਅਤੇ ਬਹੁਤ ਦੂਰ ਦੂਰੋਂ ਇੱਥੇ ਜਦੋਂ ਮੇਲਾ ਲੱਗਦਾ ਆ ਇੱਕ ਭਰਵਾਂ ਮੇਲਾ ਲੱਗਦਾ ਆ ਜਦੋਂ ਕਿ ਇਤਿਹਾਸਿਕ ਮੇਲਾ ਆ ਉਹ ਤੁਸੀਂ ਯੂਟਿਊਬ 'ਤੇ ਵੀ ਦੇਖ ਸਕਦੇ ਹਾਂ ਅੱਛਾ ਜੀ ਠੀਕ ਆ ਜੀ ਦੋ ਸੁਨੇਹਾ ਫੇ ਸੁਨੇਹਾ ਇਹ ਹੈ ਜੀ ਜੋ ਵਾਰਤਾਂ ਸੀਗੀਆਂ ਸਾਰੀਆਂ ਸਾਂਭ ਕੇ ਰੱਖੀਆਂ ਹਾਂ ਸਭ ਕੁਝ ਠੀਕ ਆ ਅੱਗੇ ਨਾਲੋਂ ਬਾਬੇ ਦੀ ਜਗ੍ਹਾ ਬਹੁਤ ਵਧੀਆ ਬਣਾ ਰਹੀ ਆ ਹਾਂ ਮੇਲਾ ਵੀ ਲੱਗਦਾ ਅਤੇ ਆਪ ਕੇ ਦੇਖ ਲਓ ਹੈ ਨਾ ਹਾਂਜੀ ਆ ਕੇ ਦੇਖ ਲਓ ਹਾਂਜੀ ਬਾਬਾ ਜੀ ਹਾਂਜੀ ਇਹ ਰਹਿਮ ਸ਼ਾਹ ਦਰਬਾਰ ਆ ਠੀਕ ਆ ਇਹ 47 ਦੇ ਪਹਿਲਾਂ ਤਖੀਆ ਸੀਗਾ ਤਖੀਆ ਵੀ ਸੀਗਾ ਇਹ ਵੀ ਸੀਗਾ ਠੀਕ ਆ ਜੀ ਅਤੇ ਇਹ ਆ ਜੀ ਪਿੰਡ ਦੇ ਬਾਹਰ ਬਾਹਰ ਤਖੀਆ ਬਾਬਾ ਰਹਿਮਤ ਸ਼ਾਹ ਦਾ ਨਾਲ ਦਰਬਾਰ ਬਣਾਇਆ ਹੈ ਨਾ ਅਤੇ ਇੱਥੇ ਬਜ਼ੁਰਗਾਂ ਦੇ ਦੱਸਣ ਦੇ ਮੁਤਾਬਕ 47 ਤੋਂ ਪਹਿਲਾਂ ਇੱਥੇ ਬੜੇ ਤਕੜੇ ਤਕੜੇ ਜਿਹੜੇ ਕਵਾਲ ਆਉਂਦੇ ਹੁੰਦੇ ਸੀਗੇ ਬਾਬਾ ਜੀ ਹੋ ਜਾਓ ਖੜੇ ਹੈ ਹਾਂਜੀ ਬਾਬਾ ਜੀ ਇੱਧਰੋਂ ਕਰਕੇ ਇੱਥੇ ਖੜੇ ਕੋਈ ਨਾ ਕੋਈ ਨਾ ਅੱਛਾ ਇੱਥੇ ਮੇਲਾ ਵੀ ਲੱਗਦਾ ਹੁੰਦਾ ਸੀਗਾ ਮੇਲਾ ਲੱਗਦਾ ਸੀ ਜੀ ਅਤੇ ਕਿਹੜੇ ਕਿਹੜੇ ਕਵਾਲ ਆਉਂਦੇ ਹੁੰਦੇ ਸੀਗੇ ਇੱਕ ਆਉਂਦਾ ਸੀਗਾ ਗੁੰਮਚਾ ਹਾਂ ਹੋਰ ਕਈ ਆਉਂਦੇ ਸੀ ਛੋਟੇ ਮੋਟੇ ਕਈ ਆ ਜਾਂਦੇ ਸੀ ਅੱਛਾ ਹਾਂਜੀ ਅਤੇ ਨਕਲੀਏ ਵੀ ਆ ਜਾਂਦੇ ਸੀ ਅੱਛਾ ਮਤਲਬ ਖੂਬ ਇੱਥੇ ਮੇਲਾ ਭਰਦਾ ਸੀਗਾ ਚੰਗਾ ਭਰਦਾ ਸੀ ਹਾਂ ਠੀਕ ਆ ਜੀ ਨਕਲੀਆਂ ਦਾ ਵੀ ਨਾਂ ਪਤਾ ਕੋਈ ਨਕਲੀ ਇੱਕ ਪ੍ਰੋਜੂ ਸੀਗਾ ਹਾਂ ਇੱਕ ਸ਼ਾਹਦੀਨ ਅੱਛਾ ਕਿੱਥੇ ਦੇ ਸੀਗੇ ਇਹਨਾਂ ਦਾ ਪਤਾ ਨਹੀਂ ਠੀਕ ਆ ਜੀ ਠੀਕ ਆ ਹਾਂਜੀ ਸਾਡਾ ਪਿੰਡ ਢੱਡੇ ਸਨੌਰੇ ਦਾ ਰੇਲਵੇ ਸਟੇਸ਼ਨ ਹੈ ਹਾਂ ਅਤੇ ਇੱਥੇ ਪਹਿਲਾਂ ਜਿਹੜੀ ਸਿੰਗਲ ਲਾਈਨ ਹੁੰਦੀ ਸੀ ਜਿਹੜੀ ਅੰਗਰੇਜ਼ਾਂ ਦੇ ਟਾਈਮ ਦੀ ਅਤੇ ਇੱਥੇ ਆਸੇ ਪਾਸੇ ਬੜੇ ਬਾਗ ਹੁੰਦੇ ਸੀ ਬੇਰੀਆਂ ਦੇ ਅਤੇ ਅਮਰੂਦਾਂ ਦੇ ਬਾਗ ਹੁੰਦੇ ਸੀਗੇ ਅਤੇ ਉਸ ਤੋਂ ਬਾਅਦ ਕੀ ਹੋਇਆ ਕਿ ਕਾਫੀ ਦੇਰ ਤੱਕ ਇਹ 80 ਤੱਕ ਇਹ ਰੇਲਵੇ ਸਟੇਸ਼ਨ ਚਾਲੂ ਰਿਹਾ ਅੱਛਾ ਜੀ ਅਤੇ ਇੱਥੇ ਬੋਰਡ ਵਗੈਰਾ ਲੱਗੇ ਹੁੰਦੇ ਸਨੌਰਾ ਬੋਰਡ ਅਤੇ ਉਹ ਵੀ ਹੁਣ ਹੈ ਨਹੀਂ ਹੁਣ ਇਹ ਰੇਲਵੇ ਸਟੇਸ਼ਨ ਜਿਹੜਾ ਆ ਇਹ ਜਿਹੜਾ ਆ ਤੁਸੀਂ ਉੱਥਾਂ ਦੇਖ ਸਕਦੇ ਹਾਂ ਕਿ ਇੱਥੇ ਹੁਣ ਸਿਰਫ ਕੀ ਆ ਕਿ ਇੱਕ ਗੇਟਮੈਨ ਹੀ ਹੈ ਬਾਕੀ ਇੱਥੇ ਕੋਈ ਹੁਣ ਟ੍ਰੇਨ ਨਹੀਂ ਖੜੀ ਹੋ ਰਹੀ ਹਾਂਜੀ ਇਹ ਸੀਗਾ ਰੇਲਵੇ ਸਟੇਸ਼ਨ ਉਦੋਂ ਆਹ ਪੁਰਾਣਾ ਸੀਗਾ ਨਾ ਉਹ ਪੁਰਾਣਾ ਸਾਰਾ ਰੇਲਵੇ ਸਟੇਸ਼ਨ ਸੀ ਇੱਥੋਂ ਲੋਕ ਜਲੰਧਰ ਨੂੰ ਜਾਂ ਦੁੱਧ ਵਗੈਰਾ ਜਾਂ ਕੋਈ ਵੀ ਵਪਾਰ ਕਰਨ ਜਾਂਦੇ ਸੀ ਅਤੇ ਇੱਥੇ ਸਵੇਰੇ 7 ਵਾਲੀ ਗੱਡੀ ਜਾਂਦੇ ਹੁੰਦੇ ਸੀ ਆਹੋ ਜਿਹੜੇ ਜੇ ਕੋਈ ਪੁਰਾਣਾ ਬਜ਼ੁਰਗ ਹੋਵੇ ਉਹਨੂੰ ਇਸੇ ਬਾਰੇ ਜ਼ਰੂਰ ਪਤਾ ਹੋਊਗਾ ਹੈ ਨਾ ਜੀ ਹਾਂਜੀ ਉਹਨਾਂ ਨੂੰ ਪੁਰਾਣੇ ਬੰਦਾ ਸਾਰਾ ਪਤਾ ਉਹ ਪੜ੍ਹ ਲਾ ਹੋਣਾ ਜੀ ਅੱਛਾ ਜੀ ਅਤੇ ਇਹ ਆ ਜੀ ਰੇਲਵੇ ਸਟੇਸ਼ਨ ਪਿੰਡ ਢੱਡੇ ਸਨੌਰੇ ਦਾ ਜਿਹੜਾ ਕਿ ਦੱਸਦੇ ਆ ਵੀ 47 ਤੋਂ ਪਹਿਲਾਂ ਆਵਾਜ਼ ਸੀਗਾ ਵੀ 80 ਕੁ ਤੱਕ ਰਿਹਾ ਹੈ ਨਾ ਬੋਰਡ ਆ ਪੁਰਾਣਾ ਨਾਲ ਹੀ ਅਤੇ ਉਸ ਤੋਂ ਬਾਅਦ ਜਿਹੜਾ ਆ ਇਹਨਾਂ ਨੇ ਬੰਦ ਕਰਤਾ ਉਹਦੀ ਹਾਲਤ ਜਿਹੜੀ ਆ ਉਹ
ਖਰਾਬ ਹੋ ਗਈ ਨਾ। ਇਹ ਆ ਜੀ ਰੇਲਵੇ ਸਟੇਸ਼ਨ ਢੱਡਾ ਸਨੋਰਾ ਅਤੇ ਨਾਲ ਬੋਰਡ। ਅਤੇ ਹੁਣ ਰੇਲਵੇ ਸਟੇਸ਼ਨ ਇੱਥੇ ਹੈ ਨਹੀਂ ਗਾ ਅਤੇ ਸਿੱਧਾ ਜਾਂ ਤਾਂ ਮੋਦੇ ਚਲਾਂਗਾ ਅਤੇ ਜਾਂ ਭੋਗਪੁਰਾ ਨਾ ਜੀ। ਹਾਂ ਚਲੋ ਠੀਕ ਆ ਭਾਅ ਜੀ, ਧੰਨਵਾਦ ਤੁਹਾਡਾ ਜਾਣਕਾਰੀ ਦੇਣ ਲਈ। ਬਹੁਤ ਬਹੁਤ ਧੰਨਵਾਦ। ਹਾਂਜੀ ਸਤਿ ਸ਼੍ਰੀ ਅਕਾਲ ਜੀ।